ਵਿੜੇ ਵੇਖਿਆ ਜਗਦਾ ਰੌਣਕ ਮੇਲਾ ਜੀਵਨ ਸਾਰਾ ਹੈ ਇੱਕ ਖੇਲਾ ਵੇਖਿਆ ਜਗਦਾ ਰੌਣਕ ਮੇਲਾ ਜੀਵਨ ਸਾਰਾ ਦੁਨੀਆਦਾਰੀ ਛੱਡ ਕੇ ਹੁਣ ਤਾਂ ਦੁਨੀਆਦਾਰੀ ਛੱਡ ਕੇ ਹੁਣ ਤਾਂ ਖੁਸ਼ੀਆਂ ਦੇ ਵਿੱਚ ਝੂਮਕ ਗਈਏ ਓ ਮੇਰੇ ਦਾਦਾ ਦੇ ਦਰ ਜੋ ਕੋਈ ਆਉਂਦਾ ਏ ਭਰ ਕੇ ਖੁਸ਼ੀਆਂ ਦੀ ਉਹ ਝੋਲੀਆਂ ਲੈ ਜਾਂਦਾ ਏ ਮੇਰੇ ਦਾਦਾ ਦੇ ਦਰ ਜੋ ਕੋਈ ਆਉਂਦਾ ਏ ਭਰ ਕੇ ਖੁਸ਼ੀਆਂ ਦੀ ਉਹ ਝੋਲੀਆਂ ਲੈ ਜਾਂਦਾ ਏ ਖੁਸ਼ੀਆਂ ਕਿਹੜੇ ਸਾਡੇ ਵੇੜੇ ਖੁਸ਼ੀਆਂ ਕਿਹੜੇ ਸਾਡੇ ਵੇੜੇ ਖੁਸ਼ੀਆਂ ਕਿਹੜੇ ਸਾਡੇ ਨਹੀਂ ਆਸਰਾ ਮਾਂ ਵਰਗਾ ਲੱਖ ਦੁਨੀਆ ਵਸਦੀ ਹੈ ਪਿਓ ਤੇ ਸਿਰ ਤੇ ਐਸ਼ਾਂ ਹੁੰਦੀਆਂ ਇਹ ਗੱਲ ਸੱਚ ਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਖੁਸ਼ੀਆਂ ਖੇੜੇ ਸਾਡੇ ਵੇੜੇ 'ਚ ਤੁਹਾਡਾ ਹਾਰਦਿਕ ਸਵਾਗਤ ਹੈ ਮੈਂ ਸੁਨਾਇਰਾ ਤੁਹਾਡੇ ਨਾਲ ਅੱਜ ਪੇਰੈਂਟਿੰਗ ਸੀਰੀਜ਼ ਦੇ ਉੱਤੇ ਬਹੁਤ ਗੂੜੀ ਚਰਚਾ ਕਰਨ ਵਾਲੀ ਹਾਂ ਆਪਾਂ ਅਕਸਰ ਵੇਖਿਆ ਹੈ ਕਿ ਨੌਜਵਾਨਾਂ ਵਿੱਚ ਜਾਂ ਟੀਨੇਜਰਸ ਵਿੱਚ ਇੱਦਾਂ ਬਹੁਤ ਹੁੰਦਾ ਹੈ ਕਿ ਉਹਨਾਂ ਦੇ ਵਿੱਚ ਅਗਰੈਸ਼ਨ ਜਾਂ ਐਂਗਰ ਇਸ਼ੂਜ਼ ਇੰਨੇ ਵੱਧ ਚੁੱਕੇ ਨੇ ਜਾਂ ਇੰਨੇ ਜ਼ਿਆਦਾ ਹਨ ਕਿ ਪੇਰੈਂਟਸ ਨੂੰ ਸਮਝ ਨਹੀਂ ਆਉਂਦਾ ਕਿ ਆਪਾਂ ਕੀ ਕਰੀਏ ਕਿ ਉਹਦਾ ਨਾਲ ਟੈਕਲ ਕਰ ਸਕੀਏ ਅਤੇ ਨਾਲੇ ਬੱਚਿਆਂ ਨੂੰ ਵੀ ਨਹੀਂ ਇਹ ਸਮਝ ਆ ਪਾਉਂਦਾ ਕਦੇ ਕਦੇ ਕਿ ਉਹ ਇੰਨਾ ਵਾਇਲੈਂਟ ਕਿਉਂ ਹੋ ਰਿਹਾ ਹੈ ਇਸ ਗੱਲ 'ਤੇ ਚਰਚਾ ਕਰਨ ਲਈ ਅੱਜ ਮੇਰੇ ਨਾਲ ਹੈਗੇ ਨੇ ਬੀ ਕੇ ਸਾਹਿਲ ਅਤੇ ਬੀ ਕੇ ਅਗਨੀਹੋਤਰੀ ਜੀ ਓਮ ਸ਼ਾਂਤੀ ਓਮ ਸ਼ਾਂਤੀ ਜਿੱਦਾਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਅੱਜ ਦਾ ਜਿਹੜਾ ਟੌਪਿਕ ਹੈ ਉਹ ਬਹੁਤ ਇੰਪੋਰਟੈਂਟ ਹੈ ਇਹ ਇਸ਼ੂ ਇੰਨਾ ਜ਼ਿਆਦਾ ਵੱਧਦਾ ਜਾ ਰਿਹਾ ਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਇਹਦਾ ਕੀ ਕਰੀਏ ਮੈਂ ਗੱਲ ਕਰੀ ਹਾਂ ਅਗਰੈਸ਼ਨ ਦੀ ਅਤੇ ਵਾਇਲੈਂਸ ਦੀ ਅੱਜ ਕੱਲ੍ਹ ਦੇ ਬੱਚੇ ਟੀਨੇਜਰਸ ਜਾਂ ਕਿਸੇ ਵੀ ਆਪਾਂ ਏਜ ਗਰੁੱਪ ਦੇ ਬੱਚੇ ਦੀ ਗੱਲ ਕਰੀਏ ਉਹਦੇ ਵਿੱਚ ਇੰਨਾ ਐਂਗਰ ਹੈਗਾ ਇੰਨਾ ਰੇਜ ਹੈਗਾ ਕਿ ਸਮਝ ਨਹੀਂ ਆਉਂਦੀ ਨਾ ਤਾਂ ਪੇਰੈਂਟਸ ਨੂੰ ਨਾ ਤਾਂ ਬੱਚਿਆਂ ਨੂੰ ਖੁਦ ਕਿ ਇਹ ਐਂਗਰ ਆ ਕਿੱਥੋਂ ਰਿਹਾ ਹੈ ਅਤੇ ਕਦੇ ਕਦੇ ਕੁਛ ਕੇਸਿਸ ਇਹੋ ਜਿਹੇ ਹੁੰਦੇ ਨੇ ਕੁਛ ਬੱਚੇ ਇਹੋ ਜਿਹੇ ਹੁੰਦੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਆਊਟਰੇਜ ਹੋ ਜਾਂਦੇ ਨੇ ਆਪਣੇ ਪੇਰੈਂਟਸ ਦੇ ਨਾਲ ਜਾਂ ਕਿਸੇ ਹੋਰ ਦੇ ਨਾਲ ਬਾਹਰ ਵੀ ਉਹਨਾਂ ਦੇ ਵਿੱਚ ਈਗੋ ਕਲੈਸ਼ ਬਹੁਤ ਜ਼ਿਆਦਾ ਹੁੰਦਾ ਹੈ ਆਪਣੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਐਂਗਰ ਅਤੇ ਅਗਰੈਸ਼ਨ ਤਾਂ ਇੰਨਾ ਹੁੰਦਾ ਹੈ ਕਿ ਉਹ ਖੁਦ ਨੂੰ ਵੀ ਕਦੇ ਕਦੇ ਹਰਟ ਕਰ ਲੈਂਦੇ ਨੇ ਨਹੀਂ ਤਾਂ ਦੂਜਿਆਂ ਨੂੰ ਵੀ ਜਿਹੜੇ ਉਹਨਾਂ ਦੇ ਨਾਲ ਹੈਗੇ ਨੇ ਰਿਲੇਟਿਡ ਨੇ ਉਹਨਾਂ ਨੂੰ ਵੀ ਹਰਟ ਜਾਂ ਹਾਨੀ ਪਹੁੰਚਾ ਦਿੰਦੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਇਹ ਜਿਹੜਾ ਟੌਪਿਕ ਹੈ ਉਹ ਵੱਧਦਾ ਹੀ ਜਾ ਰਿਹਾ ਕਿਤੇ ਨਾ ਕਿਤੇ ਇਹ ਕਿਤੋਂ ਵੀ ਘੱਟ ਨਹੀਂ ਹੋ ਰਿਹਾ ਬਿਲਕੁਲ ਅੱਜ ਕੱਲ੍ਹ ਓਬਵੀਅਸਲੀ ਇਹ ਰੂਪ ਈਵਨ ਛੋਟੀ ਉਮਰ ਤੋਂ ਟੀਨੇਜਰਸ ਦੇ ਵਿੱਚ ਇੰਨਾ ਵੱਧ ਗਈ ਹੈ ਅਗਰੈਸ਼ਨ ਉਹ ਵੀ ਪੇਰੈਂਟਸ ਦੇ ਪ੍ਰਤੀ ਇੱਕ ਬੱਚਾ ਸੀਗਾ ਅਬਾਊਟ ਟੀਨੇਜਰਸ ਵਿੱਚ ਉਹਦਾ ਜਦ ਉਹ ਬਚਪਨ ਦਾ ਟਾਈਮ ਨਿਕਲਿਆ ਤੇ ਮਦਰ ਉਹਦੀ ਕਾਫੀ ਬਿਜ਼ੀ ਰਹਿੰਦੀ ਸੀ ਆਪਣੇ ਕਰੀਅਰ ਵਿੱਚ ਆਪਣੇ ਸੋਸ਼ਲ ਸਰਕਲ ਵਿੱਚ ਆਪਣੇ ਇਸ਼ੂਜ਼ ਨੂੰ ਸੰਭਾਲਦੇ ਹੋਏ ਐਂਡ ਉਹਦਾ ਫਾਦਰ ਵੀ ਬਿਜ਼ਨਸ ਕਰਕੇ ਬਹੁਤ ਜ਼ਿਆਦਾ ਆਪਣੇ ਇੰਟੈਂਗਲਡ ਰਿਹਾ ਆਪਣੇ ਕੰਮਾਂ 'ਚ ਸੋ ਬੱਚੇ ਨੂੰ ਜੋ ਇੱਕ ਪਿਆਰ ਮਿਲਣਾ ਚਾਹੀਦਾ ਉਹ ਨਹੀਂ ਮਿਲ ਪਾਇਆ ਹੌਲੀ ਹੌਲੀ ਜਿਨ ਜੋ ਥੋੜ੍ਹਾ ਹੋਰ ਵੱਡਾ ਹੋਇਆ ਅਤੇ ਉਹਨੇ ਮਾੜੀ ਕੰਪਨੀ ਚਲਾ ਗਿਆ ਅਤੇ ਉਹਨੇ ਸਭ ਕੁਝ ਉਹੀ ਕਰਨਾ ਜੋ ਇੱਕ ਪੇਰੈਂਟ ਟੀਚਰ ਚਾਹੁੰਦੇ ਕਿ ਨਾ ਹੋਣਾ ਚਾਹੀਦਾ ਇਹ ਹੱਦ ਆ ਗਈ ਅਤੇ ਉਹਨੇ ਨਾ ਪੜ੍ਹਨਾ ਉਹਨੂੰ ਗੱਲ ਕਰੋ ਅਤੇ ਉਹਨੇ ਉਲਟੇ ਹੀ ਜਵਾਬ ਦੇਣੇ ਐਂਡ ਸਕੂਲੋਂ ਵੀ ਉਹਨਾਂ ਨੂੰ ਕਿਹਾ ਇਹਨੂੰ ਹੁਣ ਕੱਢੋ ਉਹਨੂੰ 3-4 ਵਾਰੀ ਨੋਟਿਸ ਵੀ ਆ ਗਿਆ ਸਕੂਲੋਂ ਕੱਢਣ ਦਾ ਮਦਰ ਵੀ ਪਰੇਸ਼ਾਨ ਸਾਈਕਾਇਟ੍ਰਿਸਟ ਕੋਲ ਵੀ ਚੱਲ ਗਏ ਫਾਦਰ ਨੂੰ ਵੀ ਨਹੀਂ ਪਤਾ ਉਹਨੂੰ ਅਸੀਂ ਕੀ ਕਰੀਏ ਸਾਰੇ ਆਪਣੇ ਵੱਲ ਵੱਲੋਂ ਕੋਸ਼ਿਸ਼ ਕਰ ਰਹੇ ਇਹ ਸਟੇਜ ਬਹੁਤ ਕਰਾਂ ਚਾਹੁੰਦੀ ਹੈ ਹਾਂਜੀ ਅਤੇ ਜਿੱਥੇ ਜਾ ਕੇ ਪੇਰੈਂਟਸ ਕਹਿੰਦੇ ਕਿ ਹੁਣ ਇਹਦਾ ਕੁਛ ਨਹੀਂ ਹੋ ਸਕਦਾ ਹੁਣ ਤਾਂ ਇਹ ਵਿਗੜ ਹੀ ਗਿਆ ਇਹ ਨਹੀਂ ਹੁਣ ਠੀਕ ਹੋਣਾ ਤਾਂ ਆਲਮੋਸਟ ਕਾਇੰਡ ਆਫ ਹੋਪ ਲੂਜ਼ ਹੀ ਕਰ ਗਏ ਕਿ ਹੁਣ ਮਾੜਾ ਹੀ ਹਾਲ ਹੈ ਇਹਦਾ ਹਾਂਜੀ ਸੋ ਇਹਨੇ ਇਸ ਦੌਰਾਨ ਉਹਨੇ ਇੱਕ ਸਪੋਰਟ ਜੁਆਇਨ ਕਰ ਲਈ ਅੱਛਾ ਉਹ ਸਪੋਰਟ ਜੁਆਇਨ ਕੀਤੀ ਅਤੇ ਉੱਥੇ ਉਹਦਾ ਇੰਟਰਸਟ ਵਧਿਆ ਉਹਨੇ ਥੋੜ੍ਹਾ ਉਹਦੇ 'ਚ ਐਕਸੈਲ ਕੀਤਾ ਅਤੇ ਉਹਦੇ 'ਚ ਕੌਨਫੀਡੈਂਸ ਆਇਆ ਅਤੇ ਉਹਨੂੰ ਲੱਗਿਆ ਮੈਂ ਕੁਛ ਕਰ ਸਕਦਾ ਇਸ ਦੌਰਾਨ ਉਹ ਸਪੋਰਟ ਵਿੱਚ ਉਹਦਾ ਕੋਚ ਬੜਾ ਚੰਗਾ ਸੀਗਾ ਬੜਾ ਸਪੋਰਟਿਵ ਸੀਗਾ ਸਟ੍ਰਿਕਟ ਵੀ ਸੀਗਾ ਬਟ ਸਪੋਰਟਿਵ ਸੀਗਾ ਅਤੇ ਉਹਨੂੰ ਉਹ ਹਲਾਸ ਦਿੰਦਾ ਸੀ ਕਿ ਨਹੀਂ ਯਾਰ ਤੂੰ ਕਰ ਸਕਦਾ ਤੂੰ ਠੀਕ ਹੈ ਅਤੇ ਬੱਚੇ 'ਚ ਥੋੜ੍ਹਾ ਕੌਨਫੀਡੈਂਸ ਆਇਆ ਕਿ ਨਹੀਂ ਮੈਂ ਠੀਕ ਹੋ ਸਕਦਾ ਅਤੇ ਬੱਚਾ ਕੇ ਗਏ ਕਿ ਹੁਣ ਐਗਜ਼ਾਮ ਹੈ ਮੈਂ ਤਾਂ ਫੇਲ ਹੋਣਾ ਹੀ ਹੋਣਾ ਅੱਛਾ ਮਗਰ ਉਹ ਕੋਚ ਕਹੇ ਨਹੀਂ ਤੂੰ ਪਾਸ ਹੋਣਾ ਹੀ ਹੋਣਾ ਕੁਛ ਵੀ ਹੋ ਸਕਦਾ ਬੱਚਾ ਵੀ ਘਰ ਜਾ ਕੇ ਸੋਚੇ ਕਿ ਹਾਂ ਮੈਂ ਪਾਸ ਹੋ ਸਕਦਾ
ਸੋ ਇੱਕ ਰੀਅਲ ਅਗਰੈਸਿਵ ਕੇਸ ਹੈ ਜੋ ਵਨ ਆਫ ਦਾ ਫਸਟ ਜੋ ਕਿ ਮੈਂ ਇੰਨਾ ਟਰਾਂਸਫਾਰਮ ਹੁੰਦੇ ਦੇਖਿਆ ਕਿ ਉਹਦਾ ਬਿਹੇਵੀਅਰ ਵੀ ਇੰਪਰੂਵ ਹੋ ਗਿਆ ਐਂਡ ਥੋੜ੍ਹਾ ਠੀਕ ਵੀ ਹੋ ਗਿਆ ਪਾਸ ਵੀ ਹੋ ਗਿਆ ਹਾਂਜੀ ਐਂਡ ਇਸੇ ਬਿਹੇਵੀਅਰ ਤੇ ਇੱਕ ਬੜੀ ਇੱਕ ਇੰਪੋਰਟੈਂਟ ਸਟੱਡੀ ਵੀ ਹੋਈ ਹੈ ਜਿਹਦੇ ਵਿੱਚ ਰਿਸਰਚਰਸ ਗਏ ਇੱਕ ਸਕੂਲ ਵਿੱਚ ਅਤੇ ਉਹਨਾਂ ਨੇ ਬਿਹੇਵੀਅਰ ਸਟੱਡੀ ਕੀਤੀ ਕਿ ਜਿਹੜੇ ਬੱਚੇ ਥੋੜ੍ਹੇ ਬਿਹੇਵੀਅਰ ਉਹਨਾਂ ਦਾ ਠੀਕ ਨਹੀਂ ਹੈ ਜੋ ਅਥਾਰਟੀ ਨੂੰ ਨਹੀਂ ਮੰਨਦੇ ਵਿਜ਼ਵਿਜ਼ ਜਿਹੜੇ ਅਥਾਰਟੀ ਨੂੰ ਮੰਨਦੇ ਹੈ ਉਹਨਾਂ ਦਾ ਅੱਗੇ ਜਾ ਕੇ ਕੀ ਹੁੰਦਾ ਐਂਡ 15-20 ਸਾਲ ਬਾਅਦ ਉਹ ਸੇਮ ਬੱਚਿਆਂ ਨੂੰ ਫਿਰ ਤੋਂ ਦੁਬਾਰਾ ਜਦ ਸਟੱਡੀ ਕੀਤਾ ਤੇ ਠੀਕ ਹੈ ਜਿਹੜੇ ਅੱਛੇ ਵੈਲ ਬਿਹੇਵ ਡਿਸਿਪਲਿਨ ਬੱਚੇ ਸੀਗੇ ਉਹਨਾਂ ਦੀ ਜੋਬਸ ਵਗੈਰਾ ਲੱਗੀਆਂ ਸੀ ਅੱਛੀ ਪੋਜੀਸ਼ਨ ਤੇ ਸੀਗੇ ਮਗਰ ਇਹ ਸਟੱਡੀ ਸੀਗੀ ਕਿ ਜ਼ਿਆਦਾ ਪੈਸਾ ਕੌਣ ਬਣਾਉਂਦਾ ਹੈ ਜ਼ਿਆਦਾ ਪੈਸਾ ਇਨ ਆਲ ਕੇਸਿਸ ਉਹੀ ਬਣਾ ਰਹੇ ਸੀਗੇ ਜਿਹੜੇ ਅਥਾਰਟੀ ਨੂੰ ਨਹੀਂ ਮੰਨ ਰਹੇ ਸੀਗੇ ਬਿਕੋਜ਼ ਐਕਸੈਲ ਕਰਨ ਵਾਸਤੇ ਤੁਹਾਨੂੰ ਰੂਲਸ ਬ੍ਰੇਕ ਕਰਨੇ ਪੈਂਦੇ ਤੁਹਾਨੂੰ ਕੁਛ ਨਵਾਂ ਕਰਨਾ ਪੈਂਦਾ ਹੈ ਤੁਹਾਨੂੰ ਰਿਸਕ ਲੈਣਾ ਪੈਂਦਾ ਤੇ ਜਿਹੜੇ ਬੱਚੇ ਸ਼ੁਰੂ ਚ ਅਥਾਰਟੀ ਨਹੀਂ ਮੰਨ ਰਹੇ ਸੀਗੇ ਜ਼ਿਆਦਾ ਮਨੀ ਅਰਨਰਸ ਜ਼ਿਆਦਾ ਉਹਨਾਂ ਦੀ ਸੀਗੀ ਕਿਉਂਕਿ ਉਹਨਾਂ ਦੇ ਵਿੱਚ ਰਿਸਕ ਲੈਣ ਦੀ ਜਿਹੜੀ ਅਬਿਲਿਟੀ ਉਹ ਦੂਜਿਆਂ ਤੋਂ ਜ਼ਿਆਦਾ ਨੇ ਤੇ ਉਹ ਰੂਲਸ ਤੋੜਦੇ ਨੇ ਉਹਨਾਂ ਦਾ ਇੱਕ ਤਰ੍ਹਾਂ ਦਾ ਰੂਲ ਤੋੜਨਾ ਨਹੀਂ ਹੁੰਦਾ ਇੱਕ ਤਰ੍ਹਾਂ ਆਪਣੇ ਆਪ ਦਾ ਰਸਤਾ ਬਣਾਉਣਾ ਹੁੰਦਾ ਹੈ ਰੂਲਸ ਤੋੜਨਾ ਤਾਂ ਕੁਛ ਹੋਰ ਹੋ ਜਾਂਦਾ ਹੈ ਪਰ ਇੱਕ ਆਪਣਾ ਰਸਤਾ ਬਣਾ ਕੇ ਆਪਣੇ ਤੇ ਕੌਨਫੀਡੈਂਸ ਰੱਖ ਕੇ ਕਿ ਮੇਰਾ ਆਈਡੀਆ ਬੜਾ ਇਨੋਵੇਟਿਵ ਜਾਂ ਨਵਾਂ ਹੈ ਚਾਹੇ ਉਹਨੂੰ ਕੋਈ ਸਪੋਰਟ ਕਰੇ ਨਾ ਕਰੇ ਪਰ ਮੈਂ ਇਹੀ ਕਰਨਾ ਚਾਹੁੰਦਾ ਇੱਕ ਰਿਸਕ ਫੈਕਟਰ ਬੜੇ ਘੱਟ ਬੱਚਿਆਂ ਵਿੱਚ ਹੁੰਦਾ ਹੈ ਤੇ ਭਰਾਤਾ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੈਂ ਇਸ ਦੇ ਬਾਰੇ ਇਹ ਕਹਿਣਾ ਚਾਹਾਂਗਾ ਕਿ ਕਈ ਵਾਰੀ ਬੱਚੇ ਜਿਹੜੇ ਇੱਕ ਆਤਮਾ ਜਿਹੜੀ ਸਰੀਰ ਲੈਂਦੀ ਹੈ ਬੱਚਾ ਬਣ ਕੇ ਸਾਡੇ ਕੋਲ ਅਸੀਂ ਤਾਂ ਉਹਨੂੰ ਬੱਚਾ ਕਹਿ ਰਹੇ ਹਾਂ ਬਟ ਇੱਕ ਆਤਮਾ ਇਹੋ ਜਿਹੀ ਸਿਚੁਏਸ਼ਨ ਚੋਂ ਲੰਘ ਕੇ ਆਈ ਹੈ ਉਹ ਐਸੇ ਵਾਇਲੈਂਟ ਢੰਗ ਦੇ ਨਾਲ ਉਹਦੀ ਡੈਥ ਹੋਈ ਕਿ ਕਿਸੇ ਵਾਇਲੈਂਸ ਦੇ ਵਿੱਚ ਫਸ ਗਿਆ ਕਿਸੇ ਦੰਗਿਆਂ ਦੇ ਵਿੱਚ ਫਸ ਗਿਆ ਔਰ ਜਾਂ ਕਿਸੇ ਵੀ ਕਾਰਨ ਉਹ ਬੜੇ ਹੀ ਬੈਡ ਤਰੀਕੇ ਦੇ ਨਾਲ ਉਸਦੀ ਉਸਨੇ ਉਹ ਸਰੀਰ ਛੱਡਿਆ ਤੇ ਹੁਣ ਨਵੇਂ ਸਰੀਰ 'ਚ ਆਈ ਹੈ ਲੇਕਿਨ ਆਤਮਾ ਦੇ ਵਿੱਚ ਉਹ ਸੰਸਕਾਰ ਆ ਗਏ ਉਹ ਵਾਇਲੈਂਸ ਦੇ ਉਹ ਲੜਾਈ ਝਗੜੇ ਦੇ ਉਹ ਸੰਸਕਾਰ ਆ ਗਏ ਲੇਕਿਨ ਹੁਣ ਆਤਮਾ ਤੇ ਬੱਚਾ ਤੇ 2-3 ਸਾਲ ਦਾ ਹਲੇ ਉਸਦੀ ਬੋਡੀ ਨੇ ਹਲੇ ਗਰੋ ਹੋਣਾ ਲੇਕਿਨ ਉਹਦੇ ਅੰਦਰ ਜਿਹੜੀ ਆਤਮਾ ਹੈ ਉਹਦੇ ਵਿੱਚ ਸਾਰੇ ਉਹ ਪੁਰਾਣੇ ਸੰਸਕਾਰ ਨਾਲ ਲੈ ਕੇ ਉਹ ਪੁਰਾਣੇ ਸੰਸਕਾਰਾਂ ਦਾ ਅਸਰ ਚੱਲ ਰਿਹਾ ਤੇ ਅਸੀਂ ਹੁਣ ਉਹਨਾਂ ਨੂੰ ਮੋਡੀਫਾਈ ਕਰਨ ਦੀ ਕੋਸ਼ਿਸ਼ ਕਰਨੀ ਹੈ ਮਾਤਾ ਪਿਤਾ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਹ ਬੱਚਾ ਨਹੀਂ ਇਹ ਇੱਕ ਆਤਮਾ ਹੈ ਜਿਹੜੀ ਸਾਡੇ ਘਰ 'ਚ ਆਈ ਹੈ ਕੁਛ ਸਾਡਾ ਪੁਰਾਣਾ ਹਿਸਾਬ ਕਿਤਾਬ ਵੀ ਹੈ ਇਹਦੇ ਨਾਲ ਉਹਨੂੰ ਚੁਕਤੂ ਕਰਨਾ ਹੀ ਹੈ ਇਸ ਲਈ ਉਹਦੇ ਨਾਲ ਉਹ ਥੈਰੇਪੀ ਯੂਜ਼ ਬਿਹੇਵੀਅਰਲ ਥੈਰੇਪੀ ਯੂਜ਼ ਕਰਨੀ ਪਏਗੀ ਕਿ ਉਸਦੇ ਬਿਹੇਵੀਅਰ ਨੂੰ ਚੇਂਜ ਕਰਨਾ ਈਜ਼ੀ ਤਾਂ ਨਹੀਂ ਹੈ ਬਟ ਗ੍ਰੈਜੂਅਲੀ ਜਿਵੇਂ ਹੁਣ ਸਾਹਿਲ ਭਾਈ ਸਾਹਿਬ ਨੇ ਦੱਸਿਆ ਕਿ ਉਸ ਬੱਚੇ ਦੇ ਵਿੱਚ ਇੰਨੀ ਡਰਾਸਟਿਕ ਚੇਂਜ ਆਈ ਔਰ ਇੰਨਾ ਐਕਸੈਲ ਕਰ ਗਿਆ ਤੇ ਉਹਨੂੰ ਅਗਰ ਉਹ ਮਾਤਾ ਪਿਤਾ ਪ੍ਰੋਪਰ ਗਾਈਡੈਂਸ ਉਹ ਪੇਰੈਂਟਸ ਪ੍ਰੋਪਰ ਗਾਈਡੈਂਸ ਦਿੰਦੇ ਆ ਤੇ ਉਹਨੂੰ ਪੂਰਾ ਉਸਦਾ ਧਿਆਨ ਰੱਖਦੇ ਆ ਕਿ ਉਹਨੂੰ ਆਪਾਂ ਚੇਂਜ ਕਰਨਾ ਉਸਦੇ ਬ੍ਰੇਨ ਨੂੰ ਉਹਦੇ ਥੋਟਸ ਨੂੰ ਉਹਦੇ ਵਿੱਚ ਜੋ ਬੈਠਿਆ ਹੋਇਆ ਜਾਂ ਜੋ ਪੁਰਾਣੇ ਸੰਸਕਾਰ ਲੈ ਕੇ ਆਈਏ ਮੋਲਡ ਹੁੰਦੇ ਨੇ ਚੇਂਜ ਹੁੰਦੇ ਨੇ ਉਹ ਈਵਨ ਜੀਨਸ ਚੇਂਜ ਹੁੰਦੇ ਨੇ ਉਹ ਜੈਨੇਟਿਕ ਵੀ ਅਗਰ ਹੈ ਤੇ ਉਹ ਵੀ ਚੇਂਜ ਹੋ ਜਾਂਦਾ ਹੈ ਉਹ ਕਿਸੇ ਐਸੇ ਮਤਲਬ ਸਥਾਨ ਤੋਂ ਆਈ ਹੈ ਜਿੱਥੇ ਬਹੁਤ ਜ਼ਿਆਦਾ ਰੌਲਾ ਰੱਪਾ ਜਾਂ ਜਿਸੇ ਐਸੀ ਸੋਸਾਇਟੀ ਦੇ ਵਿੱਚ ਰਹਿ ਰਿਹਾ ਸੀ ਉੱਥੇ ਵੀ ਵਾਇਲੈਂਸ ਬਹੁਤ ਸੀ ਤੇ ਉਹ ਸਾਰਾ ਉਸਦਾ ਉਹਨੂੰ ਆਪਾਂ ਹੁਣ ਚੇਂਜ ਕਰਨਾ ਉਹਦੇ ਲਈ ਹਰ ਉਹ ਤਰੀਕਾ ਯੂਜ਼ ਕਰਨਾ ਜਿਹਦੇ ਨਾਲ ਉਹ ਬੱਚਾ ਸੁਧਰ ਜਾਏ ਉਹਦੀ ਅਟੈਂਸ਼ਨ ਨੂੰ ਡਾਈਵਰਟ ਕਰਨਾ ਚੰਗੇ ਪਾਸੇ ਨੂੰ ਡਾਈਵਰਟ ਕਰਨਾ ਚੰਗੀਆਂ ਐਕਟੀਵਿਟੀਜ਼ ਵੱਲ ਨੂੰ ਡਾਈਵਰਟ ਕਰਨਾ ਤੇ ਉਹ ਬੜੇ ਚੰਗੇ ਢੰਗ ਨਾਲ ਐਕਸੈਲ ਕਰ ਜਾਏਗਾ ਜਿਵੇਂ ਇੱਕ ਐਗਜ਼ਾਮਪਲ ਦੱਸੀ ਸਾਹਿਲ ਭਾਈ ਸਾਹਿਬ ਨੇ ਬੜੇ ਆਫਨ ਇਸ ਸਿਚੁਏਸ਼ਨ 'ਚ ਲੋਕ ਹੋਪ ਲੂਜ਼ ਕਰ ਜਾਂਦੇ ਹੈ ਤੁਹਾਡੇ ਕੋਲ ਹੋਪ ਰੱਖਣਾ ਕਿ ਨਹੀਂ ਇਹ ਵੀ ਐਕਸੈਲ ਕਰ ਸਕਦਾ ਤੇ ਜੋ ਬਿਹੇਵੀਅਰ ਠੀਕ ਨਹੀਂ ਹੈ ਉਹ ਵੀ ਅੱਗੇ ਜਾ ਕੇ ਵਧੀਆ ਹੋ ਸਕਦਾ ਮੀਨਸ ਨੋ ਮੈਟਰ ਆਪਾਂ ਕਿੰਨੇ ਵੀ ਗਿਰਾਵਟ ਵੱਲ ਹੋ ਚੱਲੀਏ ਪਰ ਕਿਤੇ ਨਾ ਕਿਤੇ ਸਾਨੂੰ ਇਹ ਹੋਪ ਨਹੀਂ ਲੂਜ਼ ਕਰਨੀ ਚਾਹੀਦੀ ਕਿ ਮੈਂ ਹਲੇ ਵੀ ਕਰ ਸਕਦਾ ਕਿਉਂਕਿ ਸਕੋਪ ਤਾਂ ਹਮੇਸ਼ਾ ਰਹਿੰਦਾ ਹੈ ਫੋਰ ਬੈਟਰ ਅਤੇ ਜੇ ਵਰਸ ਵੀ ਹੈਗਾ ਤਾਂ ਉਹ ਗੁੱਡ ਬਣ ਸਕਦਾ ਹੈ ਸਾਨੂੰ ਕਦੇ ਹੋਪ ਨਹੀਂ ਲੂਜ਼ ਕਰਨੀ ਚਾਹੀਦੀ ਦੂਸਰਾ ਉਹਨੂੰ ਪੋਜ਼ਿਟਿਵ ਵਾਈਬ੍ਰੇਸ਼ਨਸ ਦੇਣਾ ਬਹੁਤ ਜ਼ਰੂਰੀ ਹੈ ਹਾਂਜੀ ਜਿਵੇਂ ਅਸੀਂ ਅਧਿਆਤਮ ਦੇ ਵਿੱਚ ਸਿੱਖਦੇ ਹਾਂ ਕਿ ਜਿੰਨੀਆਂ ਸਾਡੇ ਥੌਟਸ ਉਸ ਬੱਚੇ ਬਾਰੇ ਪੋਜ਼ਿਟਿਵ ਚੱਲਣਗੇ ਜੇ ਕਹਾਂਗੇ ਤਾਂ ਹੈ ਹੀ ਇਹੋ ਜਿਹਾ ਹੈ ਤਾਂ ਸੁਧਰ ਸਕਦਾ ਹੀ ਨਹੀਂ ਇਹਦਾ ਕੋਈ ਹੋ ਨਹੀਂ ਸਕਦਾ ਕੁਛ ਵੀ ਇਸਦਾ ਉਹ ਬਿਲਕੁਲ ਅਸੀਂ ਉਸਨੂੰ ਨੈਗੇਟਿਵ ਵਾਈਬ੍ਰੇਸ਼ਨਸ ਦੇ ਰਹੇ ਹਾਂ ਅਸੀਂ ਉਹਨੂੰ ਬਾਰ ਬਾਰ ਪੋਜ਼ਿਟਿਵ ਵਾਈਬ੍ਰੇਸ਼ਨਸ ਦੇ ਕੇ ਕਿ ਬੱਚੇ ਯੂ ਆਰ ਗ੍ਰੇਟ ਯੂ ਆਰ ਵੈਰੀ ਸਪੈਸ਼ਲ ਤੂੰ ਬਹੁਤ ਸਪੈਸ਼ਲ ਹੈ ਬਹੁਤ ਵਿਸ਼ੇਸ਼ ਆਤਮਾ ਹੈ ਔਰ ਤੂੰ ਇੱਕ ਬਹੁਤ ਅੱਛਾ ਕੰਮ ਕਰ ਸਕਦਾ ਤੇਰੇ 'ਚ ਇੰਨੀ ਐਨਰਜੀ ਹੈ ਦੈਟ ਯੂ ਕੈਨ ਰੀਚ ਦਾ ਹਾਈਐਸਟ ਟੌਪ ਤੂੰ ਇਸ ਕਰਕੇ ਉਹਨੂੰ ਉਹ ਕਰਦੇ ਰਹਿਣਾ ਬੂਸਟ ਕਰਦੇ ਰਹਿਣਾ ਅਤੇ ਉਹਨੂੰ ਬੂਸਟਰ ਐਨਰਜੀ ਦਿੰਦੇ ਰਹਿਣਾ ਪੋਜ਼ਿਟਿਵ ਵਾਈਬ੍ਰੇਸ਼ਨਸ ਦਿੰਦੇ ਰਹਿਣਾ ਅਤੇ ਕਿਸੇ ਦੇ ਅੱਗੇ
ਉਹਦੇ ਸਾਹਮਣੇ ਕਿਸੇ ਨਾਲ ਗੱਲ ਨਹੀਂ ਕਰਨੀ ਕਿ ਇਹ ਬੱਚਾ ਇਸ ਤਰ੍ਹਾਂ ਬਿਹੇਵ ਕਰ ਰਿਹਾ, ਵਾਇਲੈਂਟ ਹੈ ਜਾਂ ਸ਼ਰਾਰਤੀ ਹੈ। ਹਰ ਬੱਚੇ ਕੋ ਜੋ ਵੀ ਆਏਗਾ ਉਹਦੇ ਅੱਗੇ ਤਾਰੀਫ ਕਰਨੀ ਹੈ, ਸਾਡਾ ਬੱਚਾ ਤੇ ਬਹੁਤ ਸਿਆਣਾ, ਬਹੁਤ ਹੀ ਅੱਛਾ ਬੱਚਾ ਹੈ, ਤੇ ਉਹਦੇ ਨਾਲ ਉਹਦੇ ਤੇ ਚੇਂਜ ਫਰਕ ਪੈ ਜਾਏਗਾ, ਕਿਉਂਕਿ ਵਾਈਬ੍ਰੇਸ਼ਨ ਜਦੋਂ ਅਸੀਂ ਪੋਜ਼ਿਟਿਵ ਭੇਜਾਂਗੇ ਉਸ ਤੇ ਇਫੈਕਟ ਹੋਏਗਾ। ਜਿਹੜੀ ਤੁਸੀਂ ਗੱਲ ਕੀਤੀ ਇਹ ਤੋਂ ਹੀ ਰਿਲੇਟਡ, ਆਪਾਂ ਇੱਕ ਕਲਿੱਪ ਵੇਖਦੇ ਹਾਂ ਜਿਹੜੀ ਇੱਕ ਬੱਚੇ ਦੀ ਹੈਗੀ ਹੈ ਤੇ ਉਹਦੀ ਇੱਕ ਸਮੱਸਿਆ ਹੈ, ਉਹਦਾ ਹੱਲ ਲੱਭਦੇ ਹਾਂ। ਆਈਏ। ਸਤਿ ਸ਼੍ਰੀ ਅਕਾਲ, ਮੈਂ ਸਮਕਸ਼ ਅਰੋੜਾ, ਕਲਾਸ 10ਵੀਂ ਦਾ ਵਿਦਿਆਰਥੀ ਹਾਂ ਅਤੇ ਅੱਜ ਮੈਂ ਆਪਣੀ ਕੁਛ ਪ੍ਰੋਬਲਮਸ ਡਿਸਕਸ ਕਰਨ ਆਇਆ। ਸਭ ਤੋਂ ਪਹਿਲਾਂ ਮੇਰੀ ਪ੍ਰੋਬਲਮ ਹੈਗੀ ਹੈ ਪੀਅਰ ਪ੍ਰੈਸ਼ਰ, ਅਤੇ ਜਿੱਦਾਂ ਅਸੀਂ ਜਾਣਦੇ ਹਾਂ ਕਿ ਅਸੀਂ ਵੱਡੇ ਹੋ ਰਹੇ ਹਾਂ ਅਤੇ ਸਾਡਾ ਫਰੈਂਡ ਸਰਕਲ ਵੀ ਵੱਧਦਾ ਜਾ ਰਿਹਾ ਅਤੇ ਸਾਡੀ ਸੁਸਾਇਟੀ ਵਿੱਚ ਕਾਫੀ ਤਰ੍ਹਾਂ ਦੇ ਲੋਕ ਹੈ ਜੋ ਸਾਨੂੰ ਅਟਰੈਕਟ ਕਰਦੇ ਹੈ, ਜਿੱਦਾਂ ਕਿ ਇਹਨੇ ਨਈ ਬਾਈਕ ਲਿੱਤੀ, ਕਈ ਨੇ ਨਈ ਗਾੜੀ ਲਿੱਤੀ, ਤੇ ਸਾਨੂੰ ਵੀ ਅਟਰੈਕਸ਼ਨ ਹੁੰਦੀ ਹੈ ਕਿ ਅਸੀਂ ਵੀ ਕੁਛ ਇਹ ਕਰਾਂ। ਤੇ ਜਿੱਦਾਂ ਕਿ ਅੱਜ ਕੱਲ੍ਹ ਕਈ ਐਪਸ ਆ ਗਏ ਹੈ ਜਿੱਦਾਂ ਕਿ ਇੰਸਟਾਗ੍ਰਾਮ ਤੇ ਸਨੈਪਚੈਟ, ਤੇ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਾਰੇ ਸਾਡੇ ਦੋਸਤ ਕੀ ਕੀ ਚੀਜ਼ਾਂ ਕਰ ਰਹੇ ਹਾਂ, ਤੇ ਸਾਨੂੰ ਵੀ ਅੰਦਰੋਂ ਹੁੰਦੀ ਹੈ ਕਿ ਅਸੀਂ ਵੀ ਕਰਾਂ, ਮੈਂ ਵੀ ਕਰਾਂ, ਮੇਰਾ ਵੀ ਕਿਉਂ ਮੇਰਾ ਵੀ ਮਨ ਕਰਦਾ ਹੈ ਕਰਨ 'ਚ। ਤੇ ਮੇਰਾ ਇਹ ਕੁਸ਼ਚਨ ਹੈ ਕਿ ਸਾਨੂੰ ਉਹ ਚੀਜ਼ ਕਰਨੀ ਚਾਹੀਦੀ ਹੈ ਕਿ ਨਹੀਂ, ਸਾਨੂੰ ਕੀ ਸੋਚਣਾ ਚਾਹੀਦਾ ਪਹਿਲਾਂ ਜਦੋਂ ਉਹ ਚੀਜ਼ ਉਹ ਅਸੀਂ ਉਹ ਚੀਜ਼ ਦੇਖਦੇ ਹਾਂ ਕਿ ਸਾਨੂੰ ਉਹ ਚੀਜ਼ ਕਰਨੀ ਚਾਹੀਦੀ ਹੈ ਕਿ ਨਹੀਂ। ਅਤੇ ਜਿੱਦਾਂ ਮੈਂ 10th 'ਚ ਹੋ ਗਿਆ ਅਤੇ ਮੇਰੇ ਕਈ ਦੋਸਤ ਆ ਅਤੇ ਉਹ ਡਰਿੰਕ ਕਰਦੇ ਆ, ਸਮੋਕ ਕਰਦੇ ਆ ਅਤੇ ਹੁੱਕਾ ਲੈਂਦੇ ਆ, ਅਤੇ ਉਹ ਮੈਨੂੰ ਵੀ ਫੋਰਸ ਕਰਦੇ ਆ। ਜਿੱਦਾਂ ਮੈਂ ਵੀ ਪਿੱਛੇ ਘੁੰਮਣ ਗਿਆ ਸੀ ਅਤੇ ਮੇਰੇ ਦੋਸਤ ਮੈਨੂੰ ਇੰਨਾ ਫੋਰਸ ਕੀਤਾ ਕਿ ਤੂੰ ਡਰਿੰਕ ਕਰ, ਕਿਸੇ ਨੂੰ ਪਤਾ ਨਹੀਂ ਲੱਗੇਗਾ, ਅਤੇ ਮੇਰਾ ਵੀ ਕਦੀ ਕਦੀ ਮਨ ਕਰਦਾ, ਲੇਕਿਨ ਫਿਰ ਮੇਰੇ ਪੇਰੈਂਟਸ ਆ ਰਹੇ ਬੀਚ ਮੇ, ਮੈਂ ਸੋਚਦਾ ਕਿ ਉਹਨਾਂ 'ਤੇ ਕੀ ਬੀਤੇਗੀ ਜਦੋਂ ਮੈਂ ਇਸ ਚੀਜ਼ਾਂ ਕਰਾਂਗਾ। ਅਤੇ ਮੇਰਾ ਇਹ ਕੁਸ਼ਚਨ ਹੈ ਕਿ ਜੋ ਪੀਅਰ ਪ੍ਰੈਸ਼ਰ ਹੋਤਾ ਹੈ, ਹਮੇ ਉਸੇ ਪੋਜ਼ਿਟਿਵ ਮੇਂ ਕੈਸੇ ਲੈਣਾ ਚਾਹੀਏ ਔਰ ਨੈਗੇਟਿਵ ਮੇਂ ਕੈਸੇ ਲੈਣਾ ਚਾਹੀਏ। ਹਮਾਰੀ ਸੋਸਾਇਟੀ ਮੇਂ ਦੋਨੋਂ ਤਰ੍ਹਾਂ ਕੇ ਲੋਕ ਹੋਤੇ ਹੈਂ, ਪੋਜ਼ਿਟਿਵ ਔਰ ਨੈਗੇਟਿਵ, ਅਤੇ ਉਹ ਸਾਡੇ ਦੋਸਤ ਆ। ਜੋ ਨੈਗੇਟਿਵ ਚੀਜ਼ ਹੋਤੀ ਹੈ ਉਹ ਹਮੇ ਜਲਦੀ ਅਟਰੈਕਟ ਕਰਤੀ ਹੈ, ਲੇਕਿਨ ਜੋ ਪੋਜ਼ਿਟਿਵ ਚੀਜ਼ ਹੋਤੀ ਹੈ ਉਸਮੇਂ ਹਮੇ ਕਾਫੀ ਟਾਈਮ ਲੱਗ ਜਾਤਾ ਹੈ ਉਸੇ ਆਪਣੇ ਅੰਦਰ ਗ੍ਰਾਸ ਕਰਨੇ ਕੇ ਲੀਏ ਔਰ ਉਸੇ ਆਪਣੀ ਲਾਈਫ ਮੇਂ ਯੂਜ਼ ਕਰਨੇ ਕੇ ਲੀਏ। ਤੋ ਮੇਰਾ ਇਹੀ ਕੁਸ਼ਚਨ ਹੈ ਕਿ ਉਹ ਕਿਆ ਟੈਕਨੀਕ ਹੈ ਜਿਸ ਮੈਂ ਪਤਾ ਲੱਗੇ ਕਿ ਉਹ ਚੀਜ਼ ਠੀਕ ਹੈ ਕਿ ਨਹੀਂ ਹੈ। ਜਿੱਦਾਂ ਕਿ ਆਪਾਂ ਵੇਖਿਆ ਕਿ ਇਸ ਬੱਚੇ ਨੇ ਕੁਛ ਬਹੁਤ ਸੋਹਣੇ ਕੁਐਸਚਨ ਪੁੱਟ ਕੀਤੇ ਨੇ, ਕਿ ਉਹ ਕਹਿੰਦਾ ਕਿ ਮੈਨੂੰ ਕਿੱਦਾਂ ਪਤਾ ਲੱਗੂ ਕਿ ਜਿਹੜਾ ਕੰਮ ਮੈਂ ਕਰਨ ਜਾ ਰਿਹਾ ਉਹ ਸਹੀ ਹੈਗਾ ਜਾਂ ਗਲਤ ਹੈਗਾ, ਜਿਹੜਾ ਪ੍ਰੈਸ਼ਰ ਮੇਰੇ ਉੱਤੇ ਪੈ ਰਿਹਾ ਹੈ ਉਹ ਡਰਿੰਕ ਕਰਨ ਦਾ ਜਾਂ ਹੁੱਕਾ ਪੀਣ ਦਾ, ਉਹ ਸਹੀ ਹੈ ਜਾਂ ਗਲਤ ਹੈ, ਉਸ ਵੇਲੇ ਮੈਂ ਚੋਇਸ ਕਿੱਦਾਂ ਲਵਾਂ, ਕਿਉਂਕਿ ਦਿਲ ਤਾਂ ਕਰ ਰਿਹਾ ਮੇਰਾ, ਪਰ ਮੈਨੂੰ ਕਿੱਦਾਂ ਪਤਾ ਲੱਗੂ ਕਿ ਮੈਂ ਹੁਣੇ ਪਿੱਛੇ ਹਟ ਜਾਣਾ ਜਾਂ ਹੁਣੇ ਮੈਂ ਅੱਗੇ ਵਧਣਾ। ਜੀ, ਬੜਾ ਸੋਹਣਾ ਸਵਾਲ ਸੀਗਾ ਕਿ ਅਸੀਂ ਨੈਗੇਟਿਵ ਚੀਜ਼ ਦਾ ਜਲਦੀ ਅਟਰੈਕਟ ਵੀ ਹੋ ਜਾਂਦੇ ਹਾਂ। ਹਾਂਜੀ, ਸੋ ਇੱਕ ਬੇਸਿਕ ਰੂਲ ਹੈਗਾ ਕਿ ਜਦ ਇਹ ਬੱਚਾ ਜਾਂ ਕੋਈ ਵੀ ਬੱਚਾ ਕੁਛ ਵੀ ਕਰਨ ਜਾ ਰਿਹਾ, ਉਹ ਸਿਰਫ ਇੱਕ ਚੀਜ਼ ਇਮੇਜਿਨ ਕਰ ਲਏ ਕਿ ਇਸ ਵੇਲੇ ਸਪੋਜ਼ ਮੇਰੇ ਮਦਰ ਇੱਥੇ ਹੈਗੇ ਆ, ਉਹ ਕਿੰਜ ਫੀਲ ਕਰਨਗੇ। ਜੇ ਕਿ ਇਹ ਕੁਐਸਚਨ ਉਸ ਵੇਲੇ ਆਪਣਾ ਬੱਚਾ ਆਪਣੇ ਆਪ ਨੂੰ ਪੁੱਛ ਲਏ ਤੇ ਉਹਨੂੰ ਆਪਾਂ ਕਵਾਂਗੇ ਕਿ ਉਹਦਾ ਜਿਹੜਾ ਰਿਜ਼ਲਟ ਹੋਏਗਾ ਉਹਦੇ ਨਾਲ ਉਹਨੂੰ ਜਵਾਬ ਆ ਜਾਏਗਾ ਕਿ ਮੈਂ ਠੀਕ ਕਰ ਰਿਹਾ ਕਿ ਮੈਂ ਗਲਤ ਕਰ ਰਿਹਾ। ਬਿਲਕੁਲ। ਦੂਸਰਾ ਇਹਨੇ ਇਹ ਪੁੱਛਿਆ ਕਿ ਪੋਜ਼ਿਟਿਵ ਪੀਅਰ ਪ੍ਰੈਸ਼ਰ ਹੈ ਕਿ ਨੈਗੇਟਿਵ ਪੀਅਰ ਪ੍ਰੈਸ਼ਰ ਹੈ। ਨੈਗੇਟਿਵ ਪੀਅਰ ਪ੍ਰੈਸ਼ਰ ਅਸੀਂ ਉਸ ਗੱਲ ਨੂੰ ਤਦ ਮੰਨਾਂਗੇ ਕਿ ਜਦ ਤੁਸੀਂ ਕੁਛ ਵੀ ਕਰਨ ਤੁਹਾਨੂੰ ਤੁਹਾਡੇ ਫਰੈਂਡਸ ਕੁਛ ਕਰਨ ਨੂੰ ਕਹਿ ਰਹੇ ਹੈ, ਹਾਂਜੀ, ਮਗਰ ਉਹ ਤੁਹਾਡੇ ਵੈਲਿਊਜ਼ ਤੁਹਾਡੇ ਥਿੰਕਿੰਗ ਇਹ ਅਗੇਂਸਟ ਹੈ, ਮਗਰ ਫਿਰ ਵੀ ਤੁਸੀਂ ਉਸ ਗਰੁੱਪ ਦਾ ਇੱਕ ਹਿੱਸਾ ਬਣਨ ਵਾਸਤੇ ਕਿ ਕਿਤੇ ਮਾਈਂਡ ਨਾ ਕਰ ਜਾਣ ਅਸੀਂ ਕਰ ਲੈਂਦੇ ਹਾਂ। ਇਹ ਇੱਕ ਛੋਟੀ ਜਿਹੀ ਚੀਜ਼ ਵੀ ਹੋ ਸਕਦੀ ਹੈ, ਜ਼ਰੂਰੀ ਨਹੀਂ ਡਰਿੰਕਿੰਗ ਸਮੋਕਿੰਗ, ਹੋ ਸਕਦਾ ਤੁਸੀਂ ਪੜ੍ਹਨਾ ਚਾਹੁੰਦੇ ਹੋ ਕਿ ਤੁਹਾਨੂੰ ਫਰੈਂਡਸ ਕਿਹਾ ਨਹੀਂ ਹੁਣੇ ਕੌਫੀ ਪੀਣ ਚੱਲੀਏ, ਜਾਂ ਤੁਸੀਂ ਸਾਇਲੈਂਟਲੀ ਠੀਕ ਠਾਕ ਹੋ ਪਰ ਦੂਸਰੇ ਨੂੰ ਦੇਖ ਕੇ ਤੁਸੀਂ ਆਪਣਾ ਡਰੈਸਿੰਗ ਹੇਅਰ ਸਟਾਈਲ ਚੇਂਜ ਕਰਦੇ ਹੋ। ਹਾਂਜੀ, ਸੋ ਜੋ ਵੀ ਚੀਜ਼ ਤੁਹਾਡੇ ਵੈਲਿਊਜ਼ ਤੁਹਾਡੇ ਸਿਸਟਮ ਨੂੰ ਸੂਟ ਨਹੀਂ ਕਰ ਰਹੀ ਅਗਰ ਦੂਸਰਿਆਂ ਦੇ ਗਰੁੱਪ ਦਾ ਹਿੱਸਾ ਬਰਨ ਕਰਕੇ ਤੁਸੀਂ ਕਰ ਰਹੇ ਹੋ ਇਹਦਾ ਮਤਲਬ ਉਹ ਨੈਗੇਟਿਵ ਪੀਅਰ ਪ੍ਰੈਸ਼ਰ ਹੈ ਤੁਹਾਡੇ ਤੇ। ਹਾਂਜੀ, ਪੋਜ਼ਿਟਿਵ ਪੀਅਰ ਪ੍ਰੈਸ਼ਰ ਓਬਵੀਅਸਲੀ ਉਹ ਹੋ ਗਿਆ ਕਿ ਤੁਸੀਂ ਕਿਸੇ ਚੀਜ਼ ਤੋਂ ਡਰ ਰਹੇ ਹੋ ਕਰਨ ਨੂੰ, ਤੁਹਾਡਾ ਦਿਲ ਨਹੀਂ ਕਰ ਰਿਹਾ, ਮਗਰ ਤੁਹਾਡੇ ਫਰੈਂਡਸ ਆ ਕੇ ਤੁਹਾਨੂੰ ਇਨਕਰੇਜ ਕਰਦੇ ਆ ਕਿ ਕੋਈ ਨਹੀਂ ਤੂੰ ਇਹ ਕਰ,
ਤੇ ਉਸ ਪੀਅਰ ਪ੍ਰੈਸ਼ਰ ਕਰਕੇ ਤੁਸੀਂ ਉਹ ਚੰਗੀ ਚੀਜ਼ ਕਰ ਜਾਂਦੇ ਹੋ, ਸੋ ਇਸ ਕਰਕੇ ਉਹ ਫਿਰ ਪੋਜ਼ਿਟਿਵ ਪੀਅਰ ਪ੍ਰੈਸ਼ਰ ਹੋ ਗਿਆ। ਬਿਲਕੁਲ, ਕਿਉਂਕਿ ਇਸ ਬੱਚੇ ਨੇ ਵੀ ਕਿਹਾ ਜਿੱਦਾਂ ਕਿ ਕਿਸੇ ਨੂੰ ਪਤਾ ਨਹੀਂ ਲੱਗੇਗਾ, ਇਹਨਾਂ ਦੇ ਫਰੈਂਡਸ ਨੇ ਜਦੋਂ ਉਹਨਾਂ ਨੂੰ ਕਿਹਾ, ਇਨਕਰੇਜ ਕੀਤਾ ਡਰਿੰਕ ਕਰਨ ਲਈ, ਤੇ ਉਹਨਾਂ ਨੇ ਇੱਕ ਨਾਲ ਲਾਈਨ ਲਗਾਈ ਕਿ ਕਿਸੇ ਨੂੰ ਪਤਾ ਨਹੀਂ ਲੱਗੇਗਾ। ਬਿਲਕੁਲ, ਪਰ ਕਿਤੇ ਨਾ ਕਿਤੇ ਉਸ ਬੱਚੇ ਨੂੰ ਖੁਦ ਤਾਂ ਪਤਾ ਹੈ ਕਿ ਮੈਂ ਜੋ ਕਰਨ ਜਾ ਰਿਹਾ ਉਹ ਮੇਰੇ ਵੈਲਿਊਜ਼ ਜਾਂ ਮੇਰੇ ਪੇਰੈਂਟਸ ਨੇ ਜਿਹੜੇ ਮੋਰਲ ਵੈਲਿਊਜ਼ ਮੈਨੂੰ ਦਿੱਤੀਆਂ ਨੇ ਉਹਦੇ ਅਗੇਂਸਟ ਹੈਗੀਆਂ। ਬਿਲਕੁਲ, ਤੇ ਇੱਕ ਵਾਰੀ ਜੇ ਤੁਸੀਂ ਬਾਓ ਕਰ ਗਏ ਪੀਅਰ ਪ੍ਰੈਸ਼ਰ ਤੇ, ਫਿਰ ਬਾਰ ਬਾਰ ਕਰੋਗੇ, ਇਸ ਕਰਕੇ ਪਹਿਲੀ ਵਾਰ ਹੀ ਨਾ ਕਰਨਾ ਜਾਂ ਪੀਅਰ ਪ੍ਰੈਸ਼ਰ ਨੂੰ ਵਿਧਹੋਲਡ ਕਰਨ ਦੀ ਸਟ੍ਰੈਟੇਜੀ ਸਿੱਖਣਾ ਕਿ ਮੈਂ ਕਿੰਜ ਮਨਾ ਕਰ ਸਕਦਾ। ਜੀ, ਇਹ ਥੋੜੀ ਮੈਨੀਪੂਲੇਸ਼ਨ ਸਕਿੱਲਸ ਜਿਹੜੀਆਂ ਬੱਚਿਆਂ ਨੂੰ ਅੱਜ ਕੱਲ ਆਣੀਆਂ ਚਾਹੀਦੀਆਂ ਨੇ, ਬੱਚੇ ਦੇ ਵਿੱਚ ਇਹ ਸਮਝ ਦਾ ਹੋਣਾ ਬਹੁਤ ਜ਼ਰੂਰੀ ਹੈ, ਉਹਨੂੰ ਖੁਦ ਡਿਸੀਜਨ ਲੈਣਾ ਚਾਹੀਦਾ। ਹਾਂਜੀ, ਕਿ ਮੈਨੂੰ ਕਿਹੜੇ ਪਾਸੇ ਪੋਜ਼ਿਟਿਵ ਪਾਸੇ ਜਾਣਾ ਜਾਂ ਨੈਗੇਟਿਵ ਪਾਸੇ ਜਾਣਾ। ਓਬਵੀਅਸਲੀ ਪੋਜ਼ਿਟਿਵ ਸੋਚ ਤੁਹਾਡੇ ਸਾਰੇ ਸਿਸਟਮ ਨੂੰ ਚੇਂਜ ਕਰਦੀ ਹੈ। ਪੋਜ਼ਿਟਿਵ ਸੋਚ ਤੁਹਾਡੇ ਅੰਦਰ ਪੂਰੀ ਮੈਂਟਲ એનર્ਜੀ ਫਿਲ ਕਰਦੀ ਹੈ। ਹਾਂਜੀ, ਤੇ ਨੈਗੇਟਿਵ ਸੋਚ ਜਿਹੜੀ ਹੈ ਉਹ ਤੁਹਾਡੇ ਅੰਦਰ ਪੋਜ਼ਿਟਿਵ એનર્ਜੀ ਫਿਲ ਕਰਦੀ ਹੈ। ਤੇ ਅਸੀਂ ਇਸ ਕਰਕੇ ਇਹ ਖੁਦ ਡਿਸੀਜਨ ਲੈਣਾ ਬੱਚੇ ਨੂੰ ਖੁਦ ਚਾਹੀਦਾ, ਨਾ ਕਿ ਕਿਸੇ ਦੇ ਪ੍ਰੈਸ਼ਰ ਵਿੱਚ ਆ ਕੇ। ਜੀ, ਉਸ ਨੂੰ ਸਮਝ ਕੇ ਸਮਝਦਾਰ ਬਣ ਕੇ ਹੀ ਕੰਮ ਕਰਨਾ ਚਾਹੀਦਾ। ਹਾਂਜੀ, ਔਰ ਪੋਜ਼ਿਟਿਵ ਹੀ ਕੰਮ ਕਰਨਾ ਚਾਹੀਦਾ। ਇੱਕ ਜਿਹੜੀ ਤੁਸੀਂ ਗੱਲ ਕੀਤੀ ਇਹਦੇ ਨਾਲ ਮੈਨੂੰ ਇੱਕ ਗੱਲ ਯਾਦ ਆਈ, ਮੈਂ ਇੱਕ ਪ੍ਰੋਗਰਾਮ ਵੇਖਿਆ ਸੀ ਜਿਹਦੇ ਵਿੱਚ ਜਾਵੇਦ ਅਖਤਰ ਸਾਹਿਬ ਆਏ ਸੀ, ਉਹਨਾਂ ਨੇ ਡਰਿੰਕ ਕਰਨੀ ਬਿਲਕੁਲ ਛੱਡਤੀ ਹੈ ਬਹੁਤ ਸਾਲਾਂ ਤੋਂ, ਤੇ ਉਸ ਵੇਲੇ ਉਹਨਾਂ ਨੇ ਕੋਟ ਕਰਦੇ ਹੋਏ ਸਾਡੇ ਯੂਥ ਨੂੰ ਇੱਕ ਗੱਲ ਕਹੀ ਸੀ ਕਿ ਕਦੇ ਭੁੱਲਣਾ ਨਹੀਂ ਚਾਹੀਦਾ ਕਿ ਪੀ ਕੇ ਇਨਸਾਨ ਕਿਹੋ ਜਿਹਾ ਲੱਗਦਾ ਹੈ। ਜਾਂ ਤਾਂ ਉਹ ਜਾਨਵਰ ਲੱਗ ਸਕਦਾ ਹੈ ਜਾਂ ਤਾਂ ਉਹ ਪਾਗਲ ਲੱਗ ਸਕਦਾ, ਉਹ ਕਦੇ ਵੀ ਟ੍ਰੈਂਡੀ ਜਾਂ ਫੈਸ਼ਨੇਬਲ ਨਹੀਂ ਲੱਗ ਸਕਦਾ, ਕਿਉਂਕਿ ਉਹਦੇ ਮੂੰਹ ਚੋਂ ਬਦਬੂ ਆ ਰਹੀ ਹੁੰਦੀ ਹੈ, ਉਹ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਪਾ ਰਿਹਾ ਹੁੰਦਾ। ਤੇ ਕਿਤੋਂ ਵੀ ਡਰਿੰਕਿੰਗ ਜਾਂ ਇਹੋ ਜਿਹਾ ਕੋਈ ਵੀ ਨਸ਼ਾ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ, ਸਾਡੇ ਲਈ ਚੰਗੀ ਚੀਜ਼ ਨਹੀਂ ਹੋ ਸਕਦੀ, ਕਿਉਂਕਿ ਬਾਕੀ ਸਾਰੇ ਲੋਕ ਜੇ ਉਹਨੂੰ ਫੋਲੋ ਕਰ ਰਹੇ ਹੈ ਇਹਦਾ ਇਹ ਮਤਲਬ ਨਹੀਂ ਕਿ ਉਹ ਸਹੀ ਹੋਏਗਾ। ਇੱਕ ਹੋਰ ਗੱਲ ਜਿਹੜੀ ਹੈਗੀ ਹੈ, ਅੱਜ ਕੱਲ੍ਹ ਦਾ ਜਿਹੜਾ ਸਮਾਂ ਚੱਲ ਰਿਹਾ ਜਾਂ ਜਿੱਦਾਂ ਦਾ ਟ੍ਰੈਂਡ ਚੱਲ ਰਿਹਾ, ਹਰ ਏਜ ਗਰੁੱਪ ਦਾ ਇਨਸਾਨ ਸੋਸ਼ਲਾਈਜ਼ ਕਰ ਰਿਹਾ, ਬਟ ਪਾਰਟਿੰਗ ਕਲਚਰ ਜਿਹੜਾ ਹੈਗਾ ਉਹ ਮੈਟਰੋਪੋਲੀਟਨ ਸਿਟੀਜ਼ ਤੋਂ ਵੱਧ ਕੇ ਹੁਣ ਛੋਟੇ ਛੋਟੇ ਸ਼ਹਿਰਾਂ ਵਿੱਚ ਵੀ ਆ ਗਿਆ ਹੈ, ਅਤੇ ਵੀਕਐਂਡਸ 'ਤੇ ਨਹੀਂ ਕਦੇ ਕਦੇ ਹਰ ਨਾਈਟ 'ਤੇ ਕੋਈ ਨਾ ਕੋਈ ਪਾਰਟੀ ਹੋ ਰਹੀ ਹੁੰਦੀ ਹੈ, ਲੋਕ ਬਾਹਰ ਜਾਂਦੇ ਹੈ ਅੱਛੀ ਤਰ੍ਹਾਂ ਤਿਆਰ ਹੋ ਕੇ, ਅਤੇ ਟੀਨੇਜਰਸ ਦੀ ਅਲੱਗ ਪਾਰਟੀਜ਼ ਹੁੰਦੀਆਂ ਨੇ ਅਤੇ ਵਿਮੈਨ ਦੀਆਂ ਅਲੱਗ ਪਾਰਟੀਜ਼ ਹੁੰਦੀਆਂ ਨੇ। ਮੈਨ ਤਾਂ ਚਲੋ ਉਹਨਾਂ ਦੀ ਤਾਂ ਪਹਿਲਾਂ ਤੋਂ ਹੁੰਦੀਆਂ ਹੁੰਦੀਆਂ ਸੀ, ਪਰ ਹੁਣ ਇਹ ਕਿੰਨਾ ਵੱਧ ਚੁੱਕਿਆ ਇਹ ਕਲਚਰ, ਅਤੇ ਕਿਤੇ ਨਾ ਕਿਤੇ ਇਹ ਕਲਚਰ ਸਾਡੇ 'ਤੇ ਬਹੁਤ ਬੁਰਾ ਇੰਪੈਕਟ ਵੀ ਪਾ ਰਿਹਾ। ਉਹ ਕਿਸ ਤਰ੍ਹਾਂ ਪਾ ਰਿਹਾ ਹੈ ਇਹ ਅਸੀਂ ਚਰਚਾ ਕਰਦੇ ਹਾਂ। ਪੇਰੈਂਟਸ ਓਬਵੀਅਸਲੀ ਕੋਸ਼ਿਸ਼ ਕਰਦੇ ਹੈ ਕਿ ਬੱਚੇ ਇਸ ਪਾਰਟੀ ਕਲਚਰ ਵਿੱਚ ਨਾ ਜਾਣ, ਐਂਡ ਬੱਚੇ ਜਾਣਾ ਚਾਹੁੰਦੇ ਹੈ ਬਿਕੋਜ਼ ਇੰਜੋਏ ਕਰਨਾ ਚਾਹੁੰਦੇ ਹੈ। ਬਿਲਕੁਲ, ਐਕਚੁਲੀ ਇਹ ਕਿਸਮਤ ਹੈ ਕਿ ਜੇ ਤੁਸੀਂ ਬੱਚੇ ਨੂੰ ਰੋਕ ਪਾਓਗੇ ਨਹੀਂ, ਕਿਉਂਕਿ ਮੈਂ ਐਕਚੁਲੀ ਇੱਕ ਔਰਥੋਡੌਕਸ ਵਿਊ ਦੇ ਰਿਹਾ, ਬਿਕੋਜ਼ ਜਿਨ ਸਾਡੀ ਸੰਸਥਾ ਦੀ ਬੇਸਿਕਸ ਇੱਕ ਹੈ ਟੀਚਿੰਗ ਹੈ, ਇੱਕ ਵਾਰ ਜੇ ਕੋਈ ਉਲਟੀ ਸੀਡੀ ਚੜ੍ਹ ਜਾਏ ਫਿਰ ਉਤਾਰਨਾ, ਮਤਲਬ ਕਿ ਇੱਕ ਵਾਰ ਕੋਈ ਵਾਇਸਿਸ ਵਿੱਚ ਪੈ ਜਾਏ ਉਹਦੇ ਬਾਅਦ ਫਿਰ ਉਹ ਵਾਇਸਿਸ ਛੱਡਣੇ ਬੜੇ ਔਖੇ ਹੈ। ਸੋ ਜੇ ਤੁਸੀਂ ਕਿਸੇ ਤਰ੍ਹਾਂ ਵੈਲਿਊਜ਼ ਨਾਲ ਆਪਣੇ ਐਗਜ਼ਾਮਪਲ ਨਾਲ ਬੱਚੇ ਨੂੰ ਇਹ ਚੀਜ਼ਾਂ ਤੋਂ ਪਹਿਲੇ ਹੀ ਬਚਾ ਲਓ ਤਾਂ ਤੁਸੀਂ ਬਹੁਤ ਲੱਕੀ ਹੋ ਅੱਜ ਦੇ ਜ਼ਮਾਨੇ 'ਚ। ਕਿਉਂਕਿ ਜੇ ਤੁਸੀਂ ਸੋਚੋ ਕਿ ਬੱਚਾ ਜਾਏਗਾ ਪਾਰਟੀ 'ਚ, ਨਹੀਂ ਬਗੜ ਮੇਰਾ ਬੱਚਾ ਤਾਂ ਬਹੁਤ ਵਧੀਆ ਹੈ ਉਹ ਠੀਕ ਰਹੇਗਾ, 99% ਪੋਸੀਬਲ ਨਹੀਂ ਹੈ। ਜਾਏਗਾ ਉਹ ਡਰਿੰਕਿੰਗ ਵੱਲ ਅਟਰੈਕਟ ਹੋਏਗਾ, ਹਰ ਚੀਜ਼ ਵੱਲ ਅਟਰੈਕਟ ਹੋਏਗਾ। ਬਹੁਤ ਫਿਊ ਜਿਨ੍ਹਾਂ ਦੀ ਪੇਰੈਂਟਿੰਗ ਫਸਟ 5-10 ਈਅਰਸ ਵਿੱਚ ਅੱਛੀ ਹੈ, ਜਾਂ ਫਿਰ ਇੱਕ ਬੇਸਿਕ ਪਰਸਨੈਲਿਟੀ ਹੁੰਦੀ ਹੈ ਬੱਚੇ ਜੋ ਕਿ ਬੜੇ ਕੌਨਸ਼ੀਅਸ ਟਾਈਪ ਹੁੰਦੇ ਹੈ, ਉਹ ਸ਼ੁਰੂ ਤੋਂ ਪਰਸਨੈਲਿਟੀ ਬਣ ਜਾਂਦੀ ਹੈ, ਜੇ ਉਸ ਸਟਾਈਲ ਦਾ ਬੱਚਾ ਉਹ ਸ਼ਾਇਦ ਬਚ ਜਾਏ ਸ਼ਾਇਦ, ਨਹੀਂ ਤਾਂ ਜੇ ਅਸੀਂ ਇਸ ਕਲਚਰ ਨੂੰ ਅਵੋਇਡ ਕਰ ਸਕਦੇ ਹਾਂ ਤਾਂ ਜਿੰਨੀ ਦੇਰ ਤੱਕ ਅਵੋਇਡ ਕਰ ਸਕਦੇ ਹਾਂ ਉਹ ਕਰ ਲਈਏ। ਹਾਲਾਂਕਿ ਬਹੁਤ ਲੋਕ ਇਹਦੇ ਜਾ ਚੁੱਕੇ ਹੈ, ਰੋਕਣਾ ਮੁਸ਼ਕਿਲ ਹੈ, ਕਿਉਂਕਿ ਇਹ ਪਾਰਟੀ ਕਲਚਰ ਇੱਕ ਇੱਕ ਕਲਚਰ ਹੀ ਬਣ ਗਿਆ ਹੋਇਆ। ਪਾਰਟੀ ਕਲਚਰ ਤਾਂ ਆਪਾਂ ਇਹਨੂੰ ਨਾਂ ਦਿੰਦੇ ਹਾਂ ਬਸ, ਪਰ ਕਿਉਂਕਿ ਹਰ ਤਰ੍ਹਾਂ ਦਾ ਇਨਸਾਨ ਪਾਰਟੀ ਕਲਚਰ ਵਿੱਚ ਇਨਵੋਲਵਡ ਹੈ, ਅਤੇ ਕਿਉਂਕਿ ਪੇਰੈਂਟਸ ਜੇ ਜਾਣਗੇ ਤਾਂ ਬੱਚੇ ਵੀ ਕਹਿਣਗੇ ਕਿ ਮੈਂ ਵੀ ਜਾਣਾ, ਅਤੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈ ਕੇ ਵੀ ਜਾਂਦੇ ਨੇ। ਬਿਲਕੁਲ, ਇਹਦੇ ਨਾਲ ਜੋ ਨੈਗੇਟਿਵ ਹੈਬਿਟ ਡਿਵੈਲਪ ਹੁੰਦੀ ਹੈ, ਸਪੋਜ਼ ਤੁਸੀਂ ਉਹਨਾਂ ਨੂੰ ਛੱਡ ਵੀ ਦਿਓ, ਜਿਵੇਂ ਆਪਾਂ ਸਕੂਲ 'ਚ ਜਾਂਦੇ ਹਾਂ ਬੋਰਡਿੰਗ ਜਾਂਦੇ ਹਾਂ, ਸ਼ੁਰੂ 'ਚ ਬਿਲਕੁਲ ਠੀਕ ਠਾਕ ਹੁੰਦੇ ਹਾਂ, ਜੀ ਸਾਰਾ ਕੁਝ ਸਿੱਖ ਲੈਂਦੇ ਹਾਂ, ਉਹਦੇ ਬਾਅਦ ਸਾਨੂੰ 10 ਸਾਲ ਲੱਗਦੇ ਆ ਸਾਰਾ ਕੁਝ ਛੱਡਣ ਨੂੰ, ਭੁੱਲਣ ਨੂੰ। ਬਿਲਕੁਲ, ਪਹਿਲੇ ਇਹ ਚੀਜ਼ਾਂ ਵੱਲ ਐਜੂਕੇਟ ਹੋ ਗਏ, ਫਿਰ ਅਨਐਜੂਕੇਟ ਹੋਏ। ਇਸੇ ਤਰ੍ਹਾਂ ਜੋ ਸੰਸਥਾ 'ਚ ਸਾਡੇ ਲੋਕ ਆਉਂਦੇ ਆ, ਕਈ ਹੈ ਜੋ ਬਿਲਕੁਲ ਇਹ ਚੀਜ਼ਾਂ ਵੱਲ ਜਿੰਨ ਪੈਣਾ ਯੰਗਰ ਯੰਗ ਏਜ ਵਿੱਚ ਆ ਜਾਂਦੀਆਂ, ਐਕਸਪੋਜ਼ ਨਹੀਂ ਹੋਈਆਂ ਹੁੰਦੀਆਂ ਚੀਜ਼ਾਂ ਨੂੰ, ਉਹ ਠੀਕ ਠਾਕ ਰਹਿੰਦੀਆਂ। ਜੋ ਦੂਜੇ ਹੋਣਗੇ
ਉਹਨਾਂ ਨੂੰ ਥੋੜਾ ਜਿਹਾ ਟ੍ਰਿਗਰ ਹੋਏਗਾ, ਉਹ ਫਿਰ ਅਟਰੈਕਟ ਹੋ ਜਾਂਦੇ ਆ। ਇਸ ਕਰਕੇ ਜਿੰਨਾ ਆਪਣੇ ਆਪ ਨੂੰ ਰੋਕ ਲਓ ਓਨਾ ਹੀ ਬਹੁਤ ਵਧੀਆ। ਮੈਂ ਇਹਦੇ ਲਈ ਬੈਸਟ ਵੇ ਜਿਹੜਾ ਬੱਚਿਆਂ ਨੂੰ ਥੋੜਾ ਜਿਹਾ ਵੈਲਿਊ ਐਜੂਕੇਸ਼ਨ ਦੇਣਾ ਬਹੁਤ ਜ਼ਰੂਰੀ ਹੈ। ਜਿਵੇਂ ਬ੍ਰਹਮਾ ਕੁਮਾਰੀਜ਼ ਵੱਲੋਂ ਛੁੱਟੀਆਂ ਦੇ ਦੌਰਾਨ ਸਮਰ ਵੈਕੇਸ਼ਨ ਦੇ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਕੈਂਪਸ ਲਗਾਏ ਜਾਂਦੇ ਆ, ਉਹਦੇ ਵਿੱਚ 15 ਦਿਨ ਦੇ ਵਿੱਚ ਬੱਚਿਆਂ ਨੂੰ ਉਹ ਐਜੂਕੇਸ਼ਨ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਟੋਟਲੀ ਵੈਲਿਊ ਬੇਸਡ ਚੀਜ਼ਾਂ ਸਿਖਾਈਆਂ ਜਾਂਦੀਆਂ। ਹਾਂਜੀ। ਔਰ ਇਹਨਾਂ ਸਾਰੀਆਂ ਬੁਰਾਈਆਂ ਵੱਲੋਂ, ਸਾਰੀਆਂ ਜੋ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਅੱਜ ਦੇ ਜ਼ਮਾਨੇ ਦੇ ਬੱਚੇ ਕੋਸ਼ਿਸ਼ ਕਰਦੇ ਨੇ ਸਿੱਖਣ ਦੀ, ਉਸ ਪਾਸਿਓਂ ਉਹਨਾਂ ਦੇ ਪ੍ਰੋਜ਼ ਐਂਡ ਕੌਨਸ ਦੱਸੇ ਜਾਂਦੇ ਆ ਕਿ ਇਹਨਾਂ ਦਾ ਬੈਡ ਇਫੈਕਟ ਕੀ ਹੈ ਅਤੇ ਇਹਨਾਂ ਦਾ ਗੁੱਡ ਇਫੈਕਟ ਕੀ ਹੈ। ਸੋ ਉਸ ਪਰਸਨੈਲਿਟੀ ਡਿਵੈਲਪਮੈਂਟ ਦੇ ਨਾਲ ਮੈਂ ਬੱਚਿਆਂ ਦੇ ਵਿੱਚ ਬਹੁਤ ਚੇਂਜ ਦੇਖੀ ਜਿਨ੍ਹਾਂ ਨੇ ਵੀ ਇਹ ਕੋਰਸ ਕੀਤਾ, ਔਰ ਉਹਨਾਂ ਦੇ ਬਹੁਤ ਹੀ ਅੱਛੇ 100% ਰਿਜ਼ਲਟ ਬੱਚਿਆਂ ਨੂੰ ਮਿਲੇ। ਪੇਰੈਂਟਸ ਹੈਰਾਨ ਨੇ ਕਿ ਜਿਹੜੇ ਅਸੀਂ ਕੁਛ ਨਹੀਂ ਇੰਨੇ ਦਿਨਾਂ 'ਚ ਕਰ ਪਾਏ, ਤੁਸੀਂ 15 ਦੇ ਦਿਨ ਦੇ ਵਿੱਚ ਬੱਚੇ ਨੂੰ ਇੱਕ ਹੀਰਾ ਬਣਾ ਦਿੱਤਾ, ਇੱਕ ਪੱਥਰ ਤੋਂ ਹੀਰਾ ਬਣਾ ਦਿੱਤਾ, ਇੱਕ ਕੰਡੇ ਨੂੰ ਫੁੱਲ ਬਣਾ ਦਿੱਤਾ ਤੁਸੀਂ। ਅਤੇ ਇਸ ਕਰਕੇ ਬੜੇ ਉਹ ਵੀ ਜ਼ਰੂਰ ਕਰਾਉਣਾ ਬਹੁਤ ਜ਼ਰੂਰੀ ਹੈ ਅਗਰ ਬੱਚਿਆਂ ਨੂੰ ਸੁਧਾਰਨਾ ਚਾਹੁੰਦੇ ਹਾਂ। ਅਤੇ ਪੇਰੈਂਟਸ ਨੂੰ ਵੀ ਵੈਲਿਊਜ਼ ਦਾ ਕੋਰਸ ਜ਼ਰੂਰ ਕਰ ਲੈਣਾ ਚਾਹੀਦਾ 7 ਡੇਜ਼ ਦਾ, ਬਹੁਤ ਹੀ ਮਤਲਬ ਫ੍ਰੀ ਆਫ ਕੋਸਟ ਹੈ, ਜਿਹਦੇ ਕੋਈ ਚਾਰਜਸ ਨਹੀਂ ਹੈ, ਜਿਹੜਾ ਕਿ ਫ੍ਰੀ ਕਰਾਇਆ ਜਾਂਦਾ ਸਾਰੇ ਸੈਂਟਰਸ ਦੇ ਵਿੱਚ, ਅਤੇ ਉਹ ਉੱਥੇ ਜ਼ਰੂਰ ਜਾਣਾ ਚਾਹੀਦਾ। ਪੇਰੈਂਟਸ ਨੂੰ ਵੀ ਇਹ ਵੈਲਿਊ ਐਜੂਕੇਸ਼ਨ ਲੈ ਲੈਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਬੱਚਿਆਂ 'ਚ ਆਟੋਮੈਟਿਕਲੀ ਟ੍ਰਾਂਸਮਿਟ ਹੋ ਜਾਏਗੀ। ਜੀ, ਜਿੱਦਾਂ ਕਿ ਅੱਜ ਕੱਲ੍ਹ ਇੱਕ ਪਾਰਟੀ ਕਲਚਰ ਚੱਲ ਹੀ ਪਿਆ ਹੈ, ਅਤੇ ਇਹਦੇ ਨਾਲ ਹੀ ਇੱਕ ਆਉਂਦਾ ਹੈ ਪੀਅਰ ਪ੍ਰੈਸ਼ਰ। ਪੀਅਰ ਪ੍ਰੈਸ਼ਰ ਕਿ ਮੈਂ ਬ੍ਰਾਂਡਿਡ ਕੱਪੜੇ ਪਾਵਾਂ, ਪੀਅਰ ਪ੍ਰੈਸ਼ਰ ਕਿ ਮੈਂ ਵੀ ਮੇਕਅਪ ਕਰਾਂ ਉਸ ਤਰ੍ਹਾਂ ਦਾ ਜਿਸ ਤਰ੍ਹਾਂ ਮੇਰੇ ਦੋਸਤ ਕਰ ਰਹੇ ਨੇ, ਪੀਅਰ ਪ੍ਰੈਸ਼ਰ ਕਿ ਮੈਨੂੰ ਵੀ ਬ੍ਰਾਂਡਿਡ ਸ਼ੂਜ਼ ਚਾਹੀਦੇ ਨੇ, ਜਾਂ ਇੱਕ ਇਹੋ ਜਿਹਾ ਪੀਅਰ ਪ੍ਰੈਸ਼ਰ ਵੀ ਹੁੰਦਾ ਕਿ ਜੇ ਉਹ ਐਲਕੋਹਲ ਪੀ ਰਿਹਾ ਕਿ ਮੈਨੂੰ ਵੀ ਪੀਣੀ ਚਾਹੀਦੀ ਹੈ ਜਾਂ ਨਹੀਂ। ਇੱਕ ਬਹੁਤ ਵੱਡਾ ਸਵਾਲ ਹੈ, ਇਸ ਨੂੰ ਆਪਾਂ ਕਿੱਦਾਂ ਹੱਲ ਕੱਢ ਸਕਦੇ ਹਾਂ? ਇਹਦਾ ਅਸੀਂ ਇੰਨੀ ਸਾਰੀ ਗੱਲਾਂ ਪੇਰੈਂਟਿੰਗ 'ਤੇ ਕਰ ਰਹੇ ਹਾਂ, ਇੰਨੇ ਸਾਰੇ ਟਿਪਸ ਐਂਡ ਸਭ ਦੇ ਵਿਊਜ਼ ਆ ਰਹੇ ਆ, ਲੋਕਾਂ ਦੇ ਕੁਐਸਚਨਸ ਆ ਰਹੇ ਆ। ਸਪੋਜ਼ ਪੇਰੈਂਟਸ ਨੇ ਆਪਣੇ ਬੱਚੇ ਦੇ ਵਿੱਚ ਸਿਰਫ ਇੱਕ ਹੀ ਗੁਣ ਭਰਨਾ ਹੋਏ ਅਤੇ ਹੋਰ ਕੁਛ ਵੀ ਨਾ ਕਰਨਾ ਹੋਏ, ਅਤੇ ਉਹ ਇੱਕ ਇਹੋ ਜਿਹਾ ਗੁਣ ਹੈ ਜੋ ਕਿ ਸਪਿਰਿਚੁਅਲਿਟੀ ਵੀ ਸਿਖਾ ਰਹੀ ਹੈ, ਸਾਈਕੋਲੋਜੀ ਵੀ ਸਿਖਾ ਰਹੀ ਹੈ, ਅਤੇ ਇੱਕ ਉਹ ਗੁਣ ਹੈ ਜਿਹਦੇ ਨਾਲ ਤੁਸੀਂ ਲਾਈਫ ਦੀ ਹਰ ਸਮੱਸਿਆ ਨੂੰ ਪਾਰ ਕਰ ਸਕਦੇ ਹੋ, ਸਿਰਫ ਬਚਪਨ ਦੀ ਸਮੱਸਿਆਵਾਂ ਨਹੀਂ, ਕਿਉਂਕਿ ਅੱਗੇ ਜਾ ਕੇ ਜਦ ਕਿਸੇ ਦਾ ਵਿਆਹ ਹੁੰਦਾ ਉਸ ਵੇਲੇ ਵੀ ਬਹੁਤ ਪ੍ਰੋਬਲਮਸ ਹੁੰਦੀਆਂ, ਕੋਈ ਜੋਬ 'ਤੇ ਜਾਂਦਾ ਉਸ ਵੇਲੇ ਵੀ ਬਹੁਤ ਪ੍ਰੋਬਲਮਸ ਹੁੰਦੀਆਂ। ਸੋ ਪੇਰੈਂਟਸ ਜੋ ਇੱਕ ਹੀ ਗੁਣ ਜੋ ਬੱਚਿਆਂ 'ਚ ਭਰ ਲੈਣ, ਉਹਨੂੰ ਕਹਿੰਦੇ ਆ ਇੱਕ ਸੈਂਸ ਆਫ ਸੈਲਫ ਵਰਥ, ਸੈਲਫ ਐਸਟੀਮ ਜਾਂ ਸੈਲਫ ਵਰਥ, ਜਿਹਦਾ ਮਤਲਬ ਹੈ ਕਿ ਬੱਚੇ ਦੇ ਵਿੱਚ ਇਹ ਇੱਕ ਮਨ 'ਚ ਵਿਚਾਰ ਪਾ ਦੇਣਾ ਕਿ ਮੈਂ ਜੋ ਹਾਂ ਜੈਸਾ ਹਾਂ ਬਹੁਤ ਵਧੀਆ, ਮੈਂ ਬਿਲਕੁਲ ਠੀਕ ਹਾਂ। ਐਂਡ ਮੈਂ ਜੋ ਆਪਣੇ ਫਰੈਂਡਸ ਐਂਡ ਸਰਕਲ 'ਚ ਦੇਖਿਆ ਕਿ ਜਿੰਨੇ ਵੀ ਲੋਕ ਬਹੁਤ ਅਟਰੈਕਟ ਹੋ ਜਾਂਦੇ ਹੈ ਭਾਵੇਂ ਐਲਕੋਹਲ ਡਰੱਗਸ ਕਿਸੇ ਵੀ ਚੀਜ਼ਾਂ ਵਿੱਚ, ਪਰ ਜਿਨ੍ਹਾਂ ਦਾ ਇਹ ਸੈਲਫ ਐਸਟੀਮ ਠੀਕ ਰਹਿੰਦਾ ਨਾ, ਸਭ ਤੋਂ ਪਹਿਲੇ ਤਾਂ ਓਬਵੀਅਸਲੀ ਵੈਲਿਊ ਐਜੂਕੇਸ਼ਨ ਬਚਪਨ 'ਚ ਹੋਏ, ਬਟ ਬਾਅਦ ਵਿੱਚ ਜੇ ਸੈਲਫ ਵਰਥ ਅਤੇ ਸੈਲਫ ਐਸਟੀਮ ਅੱਛੀ ਹੈ ਉਹ ਦੂਜਿਆਂ ਵੱਲ ਅਟਰੈਕਟ ਨਹੀਂ ਹੁੰਦੇ, ਨਾ ਦੂਜਿਆਂ ਦੇ ਕੱਪੜਿਆਂ ਵੱਲ, ਨਾ ਹੇਅਰ ਸਟਾਈਲ ਵੱਲ, ਨਾ ਡਰਿੰਕਿੰਗ ਵੱਲ, ਕਿਸੇ ਚੀਜ਼ ਵੱਲ ਨਹੀਂ, ਉਹ ਫਿਰ ਕਹਿੰਦੇ ਜੀ ਤੁਸੀਂ ਸਾਡੇ ਵਰਗਾ ਬਣੋ, ਅਸੀਂ ਬਿਲਕੁਲ ਠੀਕ ਹੈਗੇ ਹਾਂ ਅਤੇ ਅਸੀਂ ਇੰਝ ਹੀ ਰਹਿਣਾ। ਇਹਨੇ ਤਦੇ ਹੋ ਸਕਦਾ ਜੇ ਪੇਰੈਂਟਸ ਬੱਚੇ ਦੇ ਫੇਲੀਅਰ ਨੂੰ, ਉਹਦੀ ਕੋਈ ਵੀ ਵੀਕਨੈਸ ਨੂੰ ਖੁਸ਼ੀ ਨਾਲ ਐਕਸੈਪਟ ਕਰਨ, ਹੈਪੀਨੈਸ ਨਾਲ, ਤੇ ਬੱਚੇ ਨੂੰ ਕਹਿਣ ਕੋਈ ਨਹੀਂ ਤੂੰ ਜੋ ਹੈ ਜੈਸਾ ਹੈ ਬਹੁਤ ਵਧੀਆ ਹੈ, ਕੋਈ ਗੱਲ ਨਹੀਂ ਹੈ। ਬਿਲਕੁਲ, ਕਿਉਂਕਿ ਕਿਤੇ ਇਹ ਵੀ ਗੱਲ ਆ ਜਾਂਦੀ ਹੈ ਕਿ ਬੱਚੇ ਜੇ ਜਦੋਂ ਤੱਕ ਉਹ ਕੰਫਰਟੇਬਲ ਨਹੀਂ ਹੁੰਦੇ ਆਪਣੀ ਖੁਦ ਦੀ ਸਕਿਨ ਵਿੱਚ, ਜਾਂ ਉਹਨਾਂ ਨੂੰ ਇਹ ਲੱਗਦਾ ਕਿ ਮੇਰੇ ਐਟੀਟਿਊਡ ਨਾਲ ਪ੍ਰੋਬਲਮ ਹੈ ਜਾਂ ਮੇਰੇ ਵਿੱਚ ਕੌਨਫੀਡੈਂਸ ਨਹੀਂ ਹੈਗਾ, ਅਤੇ ਉਹਨਾਂ ਦੇ ਵਿੱਚ ਚਾਹੁੰਦੇ ਹੋਏ ਵੀ ਉਹ ਨਹੀਂ ਕਰ ਪਾਉਂਦੇ ਜੋ ਉਹ ਕਰਨਾ ਚਾਹੁੰਦੇ ਨੇ, ਉਹ ਆਪਣੀ ਗੱਲ ਐਕਸਪ੍ਰੈਸ ਨਹੀਂ ਕਰ ਪਾਉਂਦੇ, ਨਾਲੇ ਉਹ ਕਦੇ ਵੀ ਚਾਹ ਕੇ ਵੀ ਅੱਵਲ ਨਹੀਂ ਆ ਸਕਦੇ ਕਿਉਂਕਿ ਉਹ ਖੁਦ ਨੂੰ ਹੀ ਕੁਐਸਚਨ ਕਰਦੇ ਰਹਿੰਦੇ ਨੇ, ਕਿਉਂਕਿ ਪੇਰੈਂਟਸ ਉਹਨਾਂ ਨੂੰ ਕੁਐਸਚਨ ਕਰ ਰਿਹਾ ਹੈ, ਅਤੇ ਨਾ ਕਿ ਲੋਕ ਤਾਂ ਕਰਦੇ ਹੀ ਨੇ, ਪਰ ਜੇ ਜਦੋਂ ਤੱਕ ਆਪਾਂ ਖੁਦ ਨੂੰ ਕੁਐਸਚਨ ਨਾ ਕਰੀਏ ਜਾਂ ਆਪਾਂ ਆਪਣੇ 'ਚ ਇੱਕ ਸੈਲਫ ਕੌਨਫੀਡੈਂਸ, ਸੈਲਫ ਵਰਥ ਰੱਖੀਏ ਤਾਂ ਸਭ ਕੁਛ ਠੀਕ ਹੈ। ਅਤੇ ਜੇ ਸੈਲਫ ਵਰਥ ਸੈਲਫ ਐਸਟੀਮ ਬਚਪਨ 'ਚ ਨਾ ਬਣ ਪਾਏ, ਹਾਂਜੀ, ਅੱਗੇ ਜਾ ਕੇ ਇਹਦਾ ਬਣਨਾ ਬਹੁਤ ਔਖਾ ਹੁੰਦਾ ਫਿਰ। ਇਹ ਜਿਹੜੀ ਤੁਸੀਂ ਗੱਲ ਕੀਤੀ ਇਹ ਬਹੁਤ ਸਹੀ ਗੱਲ ਹੈ, ਕਿਉਂਕਿ ਸਾਡੇ ਵਿੱਚ ਕਿਤੇ ਨਾ ਕਿਤੇ ਸੈਲਫ ਐਸਟੀਮ ਜਾਂ ਸੈਲਫ ਵਰਥ ਦੀ ਕਮੀ ਆ ਜਾਂਦੀ ਹੈ। ਜੇ ਆਪਾਂ ਉਸਨੂੰ ਪੈਦਾ ਨਹੀਂ ਕਰ ਪਾਉਂਦੇ ਤਾਂ ਸਾਡੇ ਵਿੱਚ ਸਮਾਨ ਨਹੀਂ ਪੈਦਾ ਹੁੰਦਾ, ਅਤੇ ਅਸੀਂ ਸਮਝ ਨਹੀਂ ਪਾਉਂਦੇ, ਤਾਂ ਹੀ ਆਪਾਂ ਆਪਣੇ ਆਪ ਨੂੰ ਕੁਐਸਚਨ ਕਰਦੇ ਹਾਂ, ਤਾਂ ਹੀ ਸਾਡੇ ਉੱਤੇ ਯੂ ਨੋ ਸੈਲਫ ਐਸਟੀਮ ਇਨਫੀਰੀਓਰਿਟੀ ਕੰਪਲੈਕਸ ਆਉਂਦਾ ਹੈ।
ਤੇ ਆਪਾਂ ਇਹਦਾ ਕੀ ਕਰ ਸਕਦੇ ਹਾਂ ਕਿ ਸਾਡੇ ਤੇ ਸਵਮਾਨ ਜਾਂ ਸੈਲਫ ਕੌਨਫੀਡੈਂਸ ਵਧੇ? ਇਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਬੱਚੇ ਨੂੰ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ ਇਹ ਆਪਣੇ ਆਪ ਨੂੰ ਇੱਕ ਸਨਮਾਨ ਦੇਣਾ ਚਾਹੀਦਾ ਕਿ ਮੈਂ ਹਰ ਕੰਮ ਕਰ ਸਕਦਾ ਜੋ ਮੈਂ ਸੋਚਿਆ, ਔਰ ਸਵੇਰੇ ਜਿਹੜਾ ਤੁਹਾਡੇ ਥੋਟ ਮਨ ਚ ਆਏਗਾ ਉਹ ਤੁਸੀਂ ਪੂਰਾ ਕਰ ਸਕਦੇ ਹੋ, ਔਰ ਜਦੋਂ ਉਹਦੇ ਉੱਤੇ ਤੁਸੀਂ ਕੰਮ ਵੀ ਕਰਨਾ ਪਏਗਾ ਨਾ, ਵੈਸੇ ਹੀ ਸੋਚ ਲਿਆ ਤੇ ਨਹੀਂ ਹੋਏਗਾ, ਤੇ ਉਸ ਦੇ ਉੱਤੇ ਆਪਾਂ ਸਾਰਾ ਦਿਨ ਕੰਮ ਕਰਾਂਗੇ ਕਿ ਮੈਂ ਇਸ ਕੰਮ ਲਈ ਮੈਂ ਇਸ ਅੱਜ ਇਸ ਐਗਜ਼ਾਮ ਦੇ ਵਿੱਚ ਹਾਈਐਸਟ ਮਾਰਕਸ ਲੈਣੇ ਆ, ਤੇ ਮੈਂ ਸਟੱਡੀ ਕਰਨੀ ਹੈ, ਤੇ ਜੇ ਮੈਂ ਜੇ ਕੋਈ ਗੇਮ ਖੇਡ ਰਿਹਾ ਤੇ ਉਸ ਗੇਮ ਦੇ ਵਿੱਚ ਵੀ ਮੈਂ ਨੰਬਰ 1 ਆਣਾ। ਤੇ ਅਗਰ ਇਹ ਕੌਨਫੀਡੈਂਸ ਸਵੇਰ ਤੋਂ ਹੀ ਲੈ ਕੇ ਚੱਲੋਗੇ ਔਰ ਉਸਨੂੰ ਫਾਲੋ ਕਰੋਗੇ ਤੇ ਉਹ ਨੈਚੁਰਲੀ ਤੁਸੀਂ ਉਹਨੂੰ ਆਰਾਮ ਨਾਲ ਤੁਸੀਂ ਉਹਨੂੰ ਜਿੱਤ ਸਕਦੇ ਹੋ, ਉਸ ਨੂੰ ਅਚੀਵ ਕਰ ਸਕਦੇ ਹੋ। ਇਹ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਕਿੱਦਾਂ ਅਸੀਂ ਸਵੇਰੇ ਉੱਠਦੇ ਹੀ ਆਪਣੇ ਆਪ ਨੂੰ ਇੱਕ ਇਨਵਿਜ਼ਨ ਕਰ ਸਕਦੇ ਹਾਂ, ਆਪਣੇ ਆਪ ਨੂੰ ਸਭ ਤੋਂ ਟੌਪ 'ਤੇ ਰੱਖ ਕੇ ਆਪਣਾ ਸੈਲਫ ਕੌਨਫੀਡੈਂਸ ਵਧਾ ਸਕਦੇ ਹਾਂ, ਅਤੇ ਸਾਡੀ ਇੱਕ ਸੈਲਫ ਹੈਲਪ ਵੀ ਹੁੰਦੀ ਹੈ ਸਵਮਾਨ ਦੇ ਨਾਲ। ਅਤੇ ਇਸ ਚਰਚਾ ਨੂੰ ਆਪਾਂ ਅੱਗੇ ਵੀ ਜਾਰੀ ਕਰਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਓਮ ਸ਼ਾਂਤੀ। ਓਮ ਸ਼ਾਂਤੀ। ਮੈਂ ਜੋ ਹਾਂ ਜਿੱਦਾਂ ਦੀ ਹਾਂ, ਮੇਰਾ ਇੱਕ ਸਪੈਸ਼ਲ ਕਾਰਜ ਹੈ ਇਸ ਧਰਤੀ 'ਤੇ ਆਉਣ ਦਾ। ਜੇ ਮੈਂ ਇਸ ਸਵਮਾਨ ਨੂੰ ਰੋਜ਼ ਆਪਣੇ 'ਤੇ ਲਿਆਵਾਂ ਤਾਂ ਮੈਂ ਹਰ ਮੈਦਾਨ ਫਤਿਹ ਕਰ ਸਕਦੀ ਹਾਂ, ਅਤੇ ਮੈਨੂੰ ਕੋਈ ਕਦੇ ਵੀ ਹਰਾ ਨਹੀਂ ਸਕਦਾ, ਭਾਵੇਂ ਉਹ ਕੋਈ ਵੀ ਬੁਰੀ ਚੀਜ਼ ਹੋਵੇ, ਭਾਵੇਂ ਉਹ ਕੋਈ ਵੀ ਗਲਤ ਚੀਜ਼ ਹੋਵੇ। ਅਤੇ ਇਸ ਚਰਚਾ ਨੂੰ ਆਪਾਂ ਅੱਗੇ ਵੀ ਕੰਟੀਨਿਊ ਕਰਾਂਗੇ। ਸਾਡੇ ਨਾਲ ਜੁੜੇ ਰਹੋ ਹੋਰ ਪੇਰੈਂਟਿੰਗ ਟਿਪਸ ਲਈ, ਹੋਰ ਸਮੱਸਿਆ ਦੇ ਹੱਲ ਲਈ। ਓਮ ਸ਼ਾਂਤੀ। ਆਪਣੇ ਸੁਝਾਅ ਦੇਣ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਗੋਲਡੀਵੁੱਡ ਸਟੂਡੀਓ, ਸ਼ਾਂਤੀਵਨ, ਮੋਬਾਈਲ ਨੰਬਰ 80994993434, ਈਮੇਲ punjabi.gws@gmail.com।